ਕੋਟਕਪੁਰਾ ਗੋਲੀਕਾਂਡ ਨੂੰ ਲੈ ਕੇ ਸੁਖਬੀਰ ਬਾਦਲ ਦੇ ਉੱਤੇ ਵੱਡੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਨੇ। ਜਿਸ ਮਾਮਲੇ ਨੂੰ ਲੈ ਕੇ ਹੁਣ ਤੱਕ ਸੁਖਬੀਰ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਇਹ ਦਾਅਵੇ ਕਰ ਰਹੇ ਸੀ ਕਿ ਉਹਨਾਂ ਨੂੰ ਨਾਜਾਇਜ਼ ਇਸ ਦੇ ਵਿੱਚ ਫਸਾਇਆ ਜਾ ਰਿਹਾ, ਔਰ ਇੱਥੋਂ ਤੱਕ ਦਾਅਵੇ ਕੀਤੇ ਗਏ ਸੀ ਕਿ ਜਦੋਂ ਇਹ ਸਭ ਕੁਝ ਵਾਪਰਿਆ ਸੀ ਉਹ ਉੱਥੇ ਸੀਗੇ ਹੀ ਨਹੀਂ, ਇਸ ਕਰਕੇ ਉਹਨਾਂ ਦਾ ਇਸ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ, ਹੁਣ ਉਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੁੰਦੇ ਨਜ਼ਰ ਆ ਰਹੇ ਨੇ। ਦਰਅਸਲ ਵੱਡੇ ਦਾਅਵੇ ਕੀਤੇ ਗਏ ਨੇ ਜਾਂਚ ਟੀਮ ਦੇ ਵੱਲੋਂ। ਜਾਂਚ ਟੀਮ ਖਾਸ ਜਿਹੜੀ SIT ਬਣਾਈ ਗਈ ਹੈ ਜਿਹੜੀ ਕੋਟਕਪੁਰਾ ਗੋਲੀਕਾਂਡ ਦੇ ਸੰਬੰਧੀ ਜਾਂਚ ਕਰ ਰਹੀ ਹੈ, ਉਸ ਜਾਂਚ ਟੀਮ ਦੇ ਵੱਲੋਂ ਇਹੋ ਜਿਹੇ ਤੱਥ ਸਾਹਮਣੇ ਰੱਖ ਦਿੱਤੇ ਗਏ ਜਿਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ। ਦਰਅਸਲ ਜ਼ਿਲ੍ਹਾ ਮੈਜਿਸਟ੍ਰੇਟ ਦੇ ਸਾਹਮਣੇ ਦੋ ਚਲਾਨ ਹੋਰ ਪੇਸ਼ ਕੀਤੇ ਗਏ ਨੇ, ਔਰ ਇਹਨਾਂ ਚਲਾਨਾਂ ਦੇ ਨਾਲ ਨਾਲ ਫੋਰੈਂਸਿਕ ਰਿਪੋਰਟਸ ਵੀ ਸ਼ਾਮਿਲ ਹੋਈਆਂ ਨੇ, ਔਰ ਨਾਲ ਦੀ ਨਾਲ ਜਿਹੜੇ ਹਥਿਆਰ ਇਸ ਕਾਂਡ ਦੇ ਵਿੱਚ ਵਰਤੇ ਗਏ ਨੇ ਉਹਨਾਂ ਦੀਆਂ ਰਿਪੋਰਟਾਂ ਵੀ ਪੇਸ਼ ਕੀਤੀਆਂ ਗਈਆਂ ਨੇ, ਔਰ ਇਹਨਾਂ ਰਿਪੋਰਟਾਂ ਦੇ ਆਧਾਰ ਦੇ ਉੱਤੇ SIT ਦੀ ਵਿਸ਼ੇਸ਼ ਰਿਪੋਰਟ ਜਿਸ ਦੇ ਥੱਲੇ SIT ਦੇ 3 ਸੀਨੀਅਰ ਮੈਂਬਰਾਂ ਦੇ ਦਸਖਤ ਨੇ, ਉਸ ਰਿਪੋਰਟ ਦੇ ਆਧਾਰ ਦੇ ਉੱਤੇ ਸੁਖਬੀਰ ਬਾਦਲ ਹੁਣ ਚੰਗੇ ਤੇ ਕਸੂਤੇ ਫਸਦੇ ਨਜ਼ਰ ਆ ਰਹੇ ਨੇ। ਦਰਅਸਲ ਨਾਮ ਸਾਹਮਣੇ ਆਇਆ ਸੁਖਬੀਰ ਬਾਦਲ ਉਸ ਸਮੇਂ ਦੇ DGP ਸੁਮੇਧ ਸੈਣੀ ਅਤੇ ਪਰਮਰਾਜ ਉਮਰਾ ਨੰਗਲ ਦਾ। ਪਰਮਰਾਜ ਉਮਰਾ ਨੰਗਲ ਭਾਵੇਂ ਹਾਈਕੋਰਟ ਦੇ ਵਿੱਚ ਜਾ ਕੇ ਉਹਨਾਂ ਨੂੰ ਰਹਿਤ ਮਿਲ ਗਈ, ਪਰ ਹੁਣ ਦੁਬਾਰਾ ਪਰਮਰਾਜ ਉਮਰਾ ਨੰਗਲ ਫਸਦੇ ਨਜ਼ਰ ਆ ਰਹੇ ਨੇ। ਸੁਮੇਧ ਸੈਣੀ ਦੇ ਖਿਲਾਫ ਕਈ ਗੱਲਾਂ ਇਸ ਰਿਪੋਰਟ ਦੇ ਵਿੱਚ ਲਿਖੀਆਂ ਗਈਆਂ, ਔਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ। ਦਰਅਸਲ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਗੱਲ ਆਖ ਦਿੱਤੀ ਗਈ ਹੈ ਇਸ ਰਿਪੋਰਟ ਦੇ ਵਿੱਚ ਕਿ ਇਹ ਇੱਕ ਸਿਆਸੀ ਸ਼ੜਯੰਤਰ ਸੀ। ਕੋਟਕਪੁਰਾ ਗੋਲੀਕਾਂਡ ਨੂੰ ਲੈ ਕੇ ਸਾਫ਼ ਕਿਹਾ ਗਿਆ ਹੈ ਕਿ ਇਹ ਸਿਆਸੀ ਸ਼ੜਯੰਤਰ ਸੀ, ਇਸ ਜਾਂਚ ਰਿਪੋਰਟ ਦੇ ਵਿੱਚ ਲਿਖ ਦਿੱਤਾ ਗਿਆ ਹੈ। ਦਾਅਵਾ ਕੀਤਾ ਗਿਆ ਆ ਕਿ ਸਿਆਸੀ ਸ਼ੜਯੰਤਰ ਦੇ ਤਹਿਤ ਇਹ ਸਭ ਕੁਝ ਕੀਤਾ ਗਿਆ, ਰਚਿਆ ਗਿਆ, ਔਰ ਸਿਰਫ ਸਿਆਸੀ ਲਾਹਾ ਲੈਣ ਦੇ ਵਾਸਤੇ ਸਭ ਕੁਝ ਕੀਤਾ ਗਿਆ। ਜਾਂਚ ਰਿਪੋਰਟ ਦੇ ਵਿੱਚ ਇੱਥੋਂ ਤੱਕ ਲਿਖਿਆ ਗਿਆ ਆ ਕਿ ਸੌਦਾ ਸਾਧ ਨੂੰ, ਔਰ ਖਾਸ ਕਰਕੇ ਡੇਰਾ ਪ੍ਰੇਮੀਆਂ ਨੂੰ ਖੁਸ਼ ਕਰਨ ਵਾਸਤੇ, ਡੇਰਾ ਪ੍ਰੇਮੀਆਂ ਦੀਆਂ ਵੋਟਾਂ ਬਟੋਰਨ ਵਾਸਤੇ ਸਭ ਕੁਝ ਕੀਤਾ ਗਿਆ ਆ, ਇਹ ਸਾਫ਼ ਤੌਰ ਦੇ ਉੱਤੇ ਇਸ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ। ਖੈਰ ਇਸ ਰਿਪੋਰਟ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ, ਸੁਣਵਾਈ ਕੀਤੀ ਜਾਵੇਗੀ, ਪਰ ਅਜੇ ਤੱਕ ਜਿਹੜੇ 2 ਚਲਾਨ ਪੇਸ਼ ਕੀਤੇ ਗਏ ਨੇ ਉਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਤੇ ਸੁਮੇਧ ਸੈਣੀ ਦੇ ਖਿਲਾਫ਼ ਵਿਸ਼ੇਸ਼ ਤੌਰ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਇਹਨਾਂ ਨੇ ਸਿਆਸੀ ਸ਼ੜਯੰਤਰ ਰਚਿਆ ਆ, ਸਿਆਸੀ ਲਾਹਾ ਲੈਣ ਦੇ ਵਾਸਤੇ ਇਹ ਸਾਜ਼ਿਸ਼ ਜਿਹੜੀ ਹੈ ਉਹ ਰਚੀ ਗਈ ਹੈ। ਸੁਖਬੀਰ ਸਿੰਘ ਬਾਦਲ ਇੱਕ ਪਾਸੇ ਇਹ ਦਾਅਵਾ ਕਰਦੇ ਨੇ ਕਿ ਉਹ ਉਸ ਵੇਲੇ ਉੱਥੇ ਮੌਜੂਦ ਹੀ ਨਹੀਂ ਸੀ, ਯਾਨੀ ਕਿ ਕੋਟਕਪੁਰਾ ਉਹ ਮੌਜੂਦ ਹੀ ਨਹੀਂ ਸੀ, ਇਸ ਵਾਸਤੇ ਉਹਨਾਂ ਦਾ ਇਸ ਦੇ ਨਾਲ ਕੋਈ ਸੰਬੰਧ ਨਹੀਂ ਹੈ। ਪਰ ਦੂਜੇ ਪਾਸੇ ਜਿਵੇਂ ਕਿ ਇਲਜ਼ਾਮ ਲੱਗਦੇ ਰਹੇ ਨੇ ਕਿ ਗ੍ਰਹਿ ਮੰਤਰੀ ਸੀ ਅਤੇ ਗ੍ਰਹਿ ਮੰਤਰੀ ਦੇ ਆਰਡਰ ਤੋਂ ਬਗੈਰ ਤਾਂ ਗੋਲੀ ਚੱਲ ਹੀ ਨਹੀਂ ਸਕਦੀ, ਹੁਣ ਤੱਕ ਇਹੋ ਜਿਹੇ ਇਲਜ਼ਾਮ ਜਿਹੜੇ ਨੇ ਸਾਹਮਣੇ ਆਉਂਦੇ ਰਹੇ ਨੇ, ਉਸੇ ਦੇ ਆਧਾਰ ਦੇ ਉੱਤੇ SIT ਦੇ ਵੱਲੋਂ ਇੱਕ ਰਿਪੋਰਟ ਬਣਾਈ ਜਾਂਦੀ ਹੈ। 2 ਨਵੇਂ ਚਲਾਨ ਜਿਹੜੇ ਨੇ ਉਹ ਪੇਸ਼ ਕੀਤੇ ਜਾਂਦੇ ਨੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਸਾਹਮਣੇ, ਔਰ ਜ਼ਿਲ੍ਹਾ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਚਲਾਨਾਂ ਦੇ ਵਿੱਚ ਸਾਫ਼ ਲਿਖਿਆ ਗਿਆ ਕਿ ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸੈਣੀ ਪਰਮਰਾਜ ਉਮਰਾ ਨੰਗਲ ਦੇ ਸਮੇਤ ਅਤੇ ਬਾਕੀ ਸਾਥੀਆਂ ਦੇ ਸਮੇਤ ਇਹ ਸਾਰਾ ਸ਼ੜਯੰਤਰ ਰਚਦੇ ਨੇ। ਵੱਡਾ ਇਲਜ਼ਾਮ ਸੁਖਬੀਰ ਬਾਦਲ ਦੇ ਉੱਤੇ ਲਗਾਇਆ ਗਿਆ ਇਸ ਜਾਂਚ ਰਿਪੋਰਟ ਦੇ ਵਿੱਚ, ਔਰ ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਗਿਆ ਕਿ ਹੁਣ ਇਸ ਉੱਤੇ ਸੁਣਵਾਈ 1 ਮਾਰਚ ਨੂੰ ਹੋਵੇਗੀ। 1 ਮਾਰਚ ਯਾਨੀ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸੁਣਵਾਈ ਜਿਹੜੀ ਆ ਉਹ ਕਰ ਦਿੱਤੀ ਜਾਵੇਗੀ, ਔਰ ਨਾਲ ਦੀ ਨਾਲ ਕਿਹਾ ਜਾ ਰਿਹਾ ਆ ਕਿ ਇਸ ਸੰਬੰਧੀ ਸੁਖਬੀਰ ਸਿੰਘ ਬਾਦਲ, ਸੁਮੇਧ ਸਿੰਘ ਸੈਣੀ, ਪਰਮਰਾਜ ਉਮਰਾ ਨੰਗਲ ਅਤੇ ਬਾਕੀ ਸਾਥੀਆਂ ਨੂੰ ਲਿਖਤੀ ਆਰਡਰ ਜਿਹੜੇ ਨੇ ਉਹ ਪੇਸ਼ ਕਰ ਦਿੱਤੇ ਗਏ ਨੇ। ਮੁਲਜ਼ਮਾਂ ਨੂੰ ਇਹ ਆਰਡਰ ਹੋਏ ਨੇ ਕਿ ਅਦਾਲਤ ਦੇ ਵਿੱਚ ਪੇਸ਼ ਹੋਣ 1 ਮਾਰਚ ਨੂੰ, ਅਤੇ ਇਸ ਦੇ ਉੱਤੇ ਸੁਣਵਾਈ ਜਿਹੜੀ ਹੈ 1 ਮਾਰਚ ਨੂੰ ਕੀਤੀ ਜਾਵੇਗੀ। ਖੈਰ ਇਸ ਰਿਪੋਰਟ ਦੇ ਵਿੱਚ ਦਰਜ ਕੀਤੇ ਗਏ ਤੱਥ ਕਿੰਨੇ ਕੁ ਸੱਚ ਨੇ ਇਹ ਸੁਣਵਾਈ ਤੋਂ ਬਾਅਦ ਪਤਾ ਲੱਗੇਗਾ, ਪਰ ਫਿਲਹਾਲ SIT ਦਾ ਦਾਅਵਾ ਆ ਕਿ ਇਹ ਤੱਥ ਜਿਹੜੇ ਪੇਸ਼ ਕੀਤੇ ਨੇ ਇਹ ਅਸਲ ਕਾਰਨ ਹੈ
ਕੋਟਕਪੁਰਾ ਗੋਲੀ ਕਾਂਡ ਦਾ, ਔਰ ਉਸ ਰਿਪੋਰਟ ਦੇ ਥੱਲੇ 3 ਦਸਖਤ ਕੀਤੇ ਗਏ ਨੇ ਸੀਨੀਅਰ ਐਸ ਆਈ ਟੀ ਦੇ ਮੁਖੀਆਂ ਦੇ, ਇਸ ਐਸ ਆਈ ਟੀ ਦੇ ਆਗੂਆਂ ਦੇ ਦਸਖਤ ਜਿਹੜੇ ਨੇ ਇਸ ਰਿਪੋਰਟ ਦੇ ਅਧੀਨ ਹੋਏ ਨੇ, ਜੋ ਕਿ ਇਹ ਪ੍ਰਮਾਣ ਦਿੰਦਾ ਕਿ ਇਸ ਦੇ ਵਿੱਚ ਜਿਹੜੇ ਤੱਥ ਨੇ ਉਹ ਘੋਖ ਤੋਂ ਬਾਅਦ ਹੀ ਲਿਖੇ ਗਏ ਨੇ। ਹਾਲਾਂਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਦਾਅਵਾ ਕਰਦੇ ਰਹੇ ਨੇ ਕਿ ਉਹਨਾਂ ਦਾ ਇਸ ਮਾਮਲੇ ਦੇ ਨਾਲ ਕੋਈ ਤਾਲੁਕ ਨਹੀਂ ਹੈ। ਖੈਰ, ਜੋ ਵੀ ਅਸਲੀਅਤ ਹੈਗੀ ਹੈ ਉਹ ਜਾਂਚ ਤੋਂ ਬਾਅਦ ਸਾਹਮਣੇ ਆਵੇਗੀ। 1 ਤਰੀਕ ਨੂੰ 1 ਮਾਰਚ ਨੂੰ ਸੁਣਵਾਈ ਆ, ਔਰ ਸੁਣਵਾਈ ਦੇ ਵਿੱਚ ਕਿਹੜੇ ਤੱਥ ਸਾਹਮਣੇ ਆਉਂਦੇ ਨੇ ਇਹ ਸਮਾਂ ਦੱਸੇਗਾ। ਜੋ ਵੀ ਹੋਏਗਾ ਦੱਸਦੇ ਰਹਾਂਗੇ, ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।